ਪਿਛਲੀ ਵਾਰ 444 ਮੂੰਗੀ ਇਹ ਲਾਈ ਸੀਗੀ ਤੇ ਉਹਦਾ ਝਾੜ ਬਹੁਤ ਵਧੀਆ ਰਿਹਾ। ਸਾਨੂੰ 2 ਸਾਲ ਹੋ ਗਏ, ਪਿਛਲੀ ਵਾਰ ਉਹਦਾ ਝਾੜ 8 ਕੁਇੰਟਲ ਪਲੱਸ ਰਿਹਾ ਤੇ ਉਹ ਇਹਦੀ ਬੈਟਰੀ ਵਧੀਆ ਸੀ, ਪਕਾ ਵਧੀਆ ਸੀ, ਦਾਣਾ ਵੀ ਬਰੀਕ ਸੀਗਾ ਦੂਸਰੀ ਦੇ, ਰੰਗ ਬਹੁਤ ਸੋਹਣਾ ਸੀਗਾ ਇਹਦਾ। ਕਿ ਮੰਡੀ ਦੇ ਵਿੱਚ ਵੀ ਬਹੁਤ ਸੋਹਣੇ ਰੇਟ 'ਤੇ ਵਿਕੀ, 800-800 ਦੇ ਰੇਟ 'ਤੇ ਵਿਕੀ ਅਤੇ ਬਹੁਤ ਵਧੀਆ ਵਰਾਇਟੀ ਸੀਗੀ ਅਤੇ ਅੱਗੇ ਵਾਸਤੇ ਵੀ ਅਸੀਂ ਕੁਛ ਨਾ ਕੁਛ ਲਾਵਾਂਗੇ। ਅਤੇ ਪੂਰਾ ਝਾੜ ਐਂ ਜੇ ਆਪਾਂ ਇਹਦਾ ਸਹੀ ਫਾਇਦਾ ਸਹੀ ਲਾਭ ਦੇਖੀਏ ਤਾਂ 85-90 ਦਿਨਾਂ 'ਤੇ ਤੀਜੇ ਫਲ 'ਤੇ ਵੱਢਣੀ ਚਾਹੀਦੀ ਆ, ਸਹੀ ਝਾੜ ਦਿੰਦੀ ਆ। ਜੇ ਕੋਈ ਕਿਸਾਨ ਵੀਰ ਬਾਹਲੀ ਤੀਜੀ ਕਰਦਾ ਦੂਜੇ ਫਲ 'ਤੇ ਵੱਢਦਾ ਉਹਦਾ ਰਹਿ ਜਾਂਦਾ 5-5.5 ਕੁਇੰਟਲ ਝਾੜ ਰਹਿ ਜਾਂਦਾ। ਇੱਕ ਕਿਸਾਨ ਵੀਰੋ ਇਹਦੇ ਵਿੱਚ 3 ਲਾਓ ਆਉਂਦੇ ਨੇ, ਪਹਿਲੇ ਲਾਓ ਦਾ ਇਹ ਨਹੀਂ ਹੈਗਾ ਵੀ ਆਪਣੇ ਦਾਣੇ ਕਿਰ ਜਾਣਗੇ ਜਾਂ ਫਲੀ ਤਿੜਕ ਜਾਊਗੀ, ਇਹ ਉਦਾਂ ਹੀ ਰਹਿੰਦੇ ਨੇ, ਉਨੇ ਹੀ ਸਾਫ਼ ਰਹਿਣਗੇ ਜਿੰਨਾ ਪਿਛਲਾ ਲਾਓ। ਮੈਂ 2 ਹੀ ਲਾਓ ਲਏ ਅਤੇ ਮੇਰਾ 7 ਕੁਇੰਟਲ ਏਕੜ ਦਾ ਝਾੜ ਨਿਕਲਿਆ ਪੂਰਾ ਸਾਫ਼ ਮੂੰਗੀ ਜੀ, ਮੰਡੀ ਦੇ ਵਿੱਚ ਵੇਚ ਗਿਆ 7 ਕੁਇੰਟਲ ਦੇ ਹਿਸਾਬ ਨਾਲ। ਇੱਕ ਆਪਾਂ ਜਦੋਂ ਹੋਰ ਕੋਈ ਬੀਜ ਬੀਜਦੇ ਹਾਂ ਉਹ 'ਚ ਨਾ ਪੀਲੇਪਨ ਦੀ ਬਹੁਤ ਸਮੱਸਿਆ ਆਉਂਦੀ ਆ। ਅਸੀਂ 444 ਦਾ ਬੀਜ ਅਸੀਂ ਆਪਦੇ ਘਰ ਦਾ ਬੀਜ ਵੀ ਲਾ ਕੇ ਦੇਖਿਆ, ਉਹ 'ਚ ਵੀ ਕੋਈ ਪ੍ਰੋਬਲਮ ਨਹੀਂ ਆਈਗੀ, ਉਵੇਂ ਪ੍ਰੋਪਰ ਵਧੀਆ ਫਲ ਉਤਰਿਆ। ਅਤੇ ਇਹ 'ਚ ਸਾਨੂੰ ਪੀਲੇਪਨ ਦੀ ਜਮ੍ਹਾਂ ਕੋਈ ਸਮੱਸਿਆ ਨਹੀਂ ਆਈ, 3 ਸਾਲ ਤੋਂ ਹੀ ਬੀਜ ਰਹੇ ਹਾਂ ਇਹਨੂੰ। ਅਤੇ ਪਹਿਲਾਂ ਦੂਜੀਆਂ ਵਰਾਇਟੀਆਂ ਲਾਉਂਦੇ ਸੀ ਉਹਨਾਂ 'ਚ ਸਾਨੂੰ ਆਹ ਪੀਲੇਪਨ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਸੀ। ਇਹ ਕਹਿੰਦੇ ਕਿਸਾਨ ਭਰਾਵਾਂ ਨੂੰ ਵੀ ਲਾਉਣੀ ਕੋਈ ਮਰਜ਼ੀ ਲਾਈ ਜਾਓ, ਕਿਉਂ ਇਹਦੇ 2 ਕਿੱਲੇ ਲਾ ਕੇ ਦੇਖੋ ਜੀ, ਬਹੁਤ ਵਧੀਆ ਮੂੰਗੀ ਹੈ ਜੀ 444 ਅਤੇ ਵਧੀਆ ਵਧੀਆ। ਸਤਿ ਸ਼੍ਰੀ ਅਕਾਲ।